ਜਿੱਦਾਂ ਬਲੈਕਮੇਲ ਕਰ ਰਹੇ ਆ ਉਹਨਾਂ ਕੋਲ ਕੋਈ ਵੀਡੀਓ ਪਈ ਆ ਉਹ ਕੱਲ ਨੂੰ ਮੀਡੀਆ 'ਚ ਵਾਇਰਲ ਕਰ ਦੇਣਗੇ, ਜਾਂ ਕਹਿ ਰਿਹਾ ਸਾਨੂੰ 55 ਲੱਖ ਦੇ ਦਿਓ ਜਾਂ ਜੀ ਤੇਰੇ ਭਰਾ ਨੂੰ ਚੁਕਾ ਦਿਆਂਗੇ ਜਾਂ ਤੈਨੂੰ ਚੁਕਾ ਦਿਆਂਗੇ, ਸੋ ਇੱਦਾਂ ਦੇ ਉਹਨਾਂ ਨੇ ਡਰਾਵੇ ਦਿੱਤੇ ਹੋਏ ਆ। ਮੈਂ ਤਾਂ ਸਾਰਿਆਂ ਨੂੰ ਦੱਸਿਆ ਕੱਲ ਨੂੰ ਫਿਰ ਜਦੋਂ ਕੋਈ ਮਾੜਾ ਵਕਤ ਆਉਣਾ ਤੇ ਸਾਰਿਆਂ ਨੇ ਕਹਿਣਾ ਸਾਨੂੰ ਕਿਹੜਾ ਤੂੰ ਦੱਸਿਆ ਸੀ। ਇਕੱਲਾ ਬੰਦਾ ਡਾਵਾਡੋਲ ਹੋ ਜਾਂਦਾ, ਬੰਦੇ ਨੂੰ ਇਹ ਹੁੰਦਾ ਯਾਰ ਵੀ ਮੈਂ ਇਕੱਲਾ ਵੀ ਪਤਾ ਨਹੀਂ ਕੀ ਬਣੂਗਾ, ਕਹਿੰਦਾ ਵੀ ਰਿਹਾ ਵੀ ਇਹਦੇ ਮਗਰ ਕਿਸੇ ਨੇ ਆਉਣਾ ਨਹੀਂ, ਵੀ ਤਾਂ ਇਕੱਲਾ ਹੀ ਆ। ਮੈਂ ਪਹਿਲੇ ਦਿਨ ਮੈਂ ਨਾਲ ਗਿਆ ਸੀਗਾ ਜਿੱਦਣ ਐਗਰੀਮੈਂਟ ਦੀ ਗੱਲ ਹੋਈ ਹੈ, 40-60 ਦੀ ਗੱਲ ਹੋਈ ਸੀ। ਜਿੱਦਣ ਐਗਰੀਮੈਂਟ ਹੋਇਆ ਦੂਸਰੇ ਦਿਨ ਉਹ ਸਾਨੂੰ ਨਾਲ ਨਹੀਂ ਲੈ ਕੇ ਗਿਆ, ਮੈਨੂੰ ਨਾ ਮੇਰੇ ਵੱਡੇ ਬ੍ਰਦਰ ਨੂੰ ਨਾ ਕਿਸੇ ਨੂੰ, ਵੀ ਇਕੱਲੇ ਹਸਨ ਨੂੰ ਲੈ ਗਿਆ। ਉਹਨੇ ਵਿੱਚ ਕੀ ਲਿਖਾਇਆ ਹੈ ਤੂੰ, ਇਹ ਇੰਨਾ ਇੰਗਲਿਸ਼ ਤਾਂ ਪੜ੍ਹਿਆ ਨਹੀਂ ਹੋਇਆ, ਪਤਾ ਨਹੀਂ ਕੀ ਲਿਖਾਤਾ ਹੈ ਤੂੰ, ਸਾਈਨ ਕਰਵਾ ਲਈ। ਦੂਜਾ ਨੰਬਰ ਜਿਹੜੇ ਉਹ ਗੱਲ ਕਹਿ ਰਿਹਾ ਵੀ ਮੈਂ ਇਹਨੂੰ ਮਾਣਕ ਬਣਾਇਆ, ਉਹ ਕਿੱਦਾਂ ਬਣਾ ਸਕਦਾ ਮਾਣਕ? ਮਾਣਕ ਸਾਡੇ ਚਾਚਾ ਜੀ ਹੈ, ਇਹ ਸਾਡਾ ਸਕਾ ਭਾਣਜਾ ਹੈ, ਇਹਦੇ ਨਾਨਾ ਜੀ ਹੋਏ, ਅਸੀਂ ਮਾਣਕ ਨਾਲ ਲਾ ਸਕਦੇ ਹਾਂ, ਇਹ ਵੀ ਲਾ ਸਕਦਾ ਹੈ, ਦੋ ਤਾਂ ਇਹ, ਉਹਨੇ ਥੋੜ੍ਹਾ ਮਾਣਕ ਬਣਾਤਾ ਇਹਨੂੰ। ਕੋਈ ਗਾਲ ਨਹੀਂ ਲੈਂਦਾ ਕਿਸੇ ਨਾ ਵੀ ਕਿਸੇ ਦਾ ਐਗਰੀਮੈਂਟ ਹੋਵੇ, ਕੋਈ ਕਿਸੇ ਦੀ ਗਾਲ ਲੈਂਦਾ ਨਹੀਂ। 60-40 ਦਾ ਇਹਨਾਂ ਦਾ ਸੀਗਾ ਮੈਂਟਮੈਂਟ ਹੋਈ ਵੀ ਤੈਨੂੰ 40% ਦੇਣਾ, ਮੰਨ ਲਓ 1,00,000 ਰੁਪਏ 'ਚ ਪ੍ਰੋਗਰਾਮ ਹੈ ਤਾਂ 40% ਹਸਨ ਨੂੰ ਮਿਲਣਾ ਚਾਹੀਦਾ। ਉਹ 40 ਦੇ ਵਿੱਚੋਂ ਹੀ ਮਜੀਸ਼ੀਅਨਾਂ ਨੂੰ ਪੈਸੇ ਦਿੰਦਾ ਸੀ, 40 'ਚੋਂ ਰੋਟੀ ਦੇ ਪੈਸੇ, ਫਿਰ ਇਹਨੂੰ ਕੀ ਬਚਿਆ? 90 ਪ੍ਰੋਗਰਾਮ ਲਾਏ ਹੈ, ਦੱਸਦਾ ਉਹ ਖੁਦ, ਦੱਸਦਾ ਵੀ ਮੈਂ 1,30,000 ਜਾਂ 1,50,000 ਰੁਪਏ ਲੈਂਦਾ ਰਿਹਾ, ਖੁਦ ਉਹਨੇ ਕੋਰਟ ਵਿੱਚ ਪੇਸ਼ ਕੀਤੇ ਹੋਏ ਆ। 90 ਪ੍ਰੋਗਰਾਮਾਂ ਦਾ 2,10,000 ਰੁਪਇਆ ਦਿੱਤਾ, ਹਿਸਾਬ ਲਾ ਲਓ। ਮੈਂ ਹੁਣੇ ਇੰਦੀ ਬਲੰਗ ਪਰਸ ਵਿੱਚ ਰਹੇ ਸੀ ਇਕੱਠੇ, ਉਹ ਕਹਿੰਦਾ ਵੀ ਮੈਂ ਇਹਨੂੰ ਚਾਚਾ ਵੀ ਕਿਹਾ ਸੀ ਤੈਨੂੰ ਕੋਠੀ ਲੈ ਦੂੰ ਜਾਂ ਕੁਛ ਵੀ, ਕਹਿਣ ਦਾ ਮਤਲਬ ਮੈਂ ਸੋਚਿਆ ਚੱਲ 4 ਪੈਸੇ ਬਾਅਦ 'ਚ ਦਊਂਗਾ, ਮੈਂ ਵੀ ਇੱਦਾਂ ਤਾਂ ਕੋਈ ਨਹੀਂ ਲੈ ਦਿੰਦਾ, ਪੁੱਤ ਦੇਖੋ ਤੁਹਾਡਾ ਕੰਮ ਸੀ ਇਕੱਠਿਆਂ ਦਾ, ਗੱਡੀ 'ਚ ਬਹਿੰਦੇ ਪਾਉਣ ਲਾਇਆ 40 ਉਹਦਾ ਬਣਦਾ ਸੀ, 60-13 ਰੁਪਏ ਖਰਚ ਕੱਢ ਨੂੰ ਫੜਾ ਕੇ ਤੁਰ ਜਾਂਦਾ। ਕਹਿੰਦਾ ਮੈਂ ਸੋਚਿਆ ਜੀ ਇਹ ਲਾਲਚ ਦਾ ਮਾਰਾ, ਹੁਣ ਬਾਈ ਜੀ ਜਦੋਂ ਬੰਦਾ ਕੋਈ ਵੀ ਕਾਮਯਾਬ ਹੋਣ ਜਦੋਂ ਲਾਲਚ ਹੁੰਦਾ, ਹਰੇਕ ਮਰਦਾ ਕਦੋਂ ਜੋ ਲਾਲਚ ਹੁੰਦਾ, ਇਹਨੂੰ ਕਹਿੰਦਾ ਰਿਹਾ ਵੀ ਤੇਰੇ ਲਈ ਐਂ ਕਰ ਦੂੰਗਾ ਉਹ ਕਰ ਦੂੰ, ਸਾਜ ਬਾਗ ਦਿਖਾਉਂਦਾ ਰਿਹਾ, ਇਹ ਜਵਾਕ ਸੀ ਕੋਈ ਮਗਰ ਲੱਗਾ ਰਿਹਾ, ਨਹੀਂ ਤਾਂ ਮੈਂ ਤਾਂ ਕਹਿੰਦਾ ਮੈਨੂੰ 3 ਪ੍ਰੋਂਤੀ ਦੱਸ ਦਿੰਦਾ ਵੀ ਆਹ ਗੱਲ ਆ ਮਾਮਾ, ਇੱਦਾਂ ਨਹੀਂ ਇੱਦਾਂ ਕਰਨੀ ਆ, ਤੇ ਪੂਰੀ ਬੁਲਾ ਲੈਂਦੇ। ਮੈਂ ਮੀਰ ਕਾਫਲੇ ਦੇ ਜਿੰਨੇ ਵੀ ਨੁਮਾਇੰਦੇ ਸਾਡੇ ਪ੍ਰਧਾਨ ਸਾਹਿਬਾਨ ਆ, ਮੈਂਬਰ ਸਾਹਿਬਾਨ ਆ, ਖਜ਼ਾਨਚੀ, ਜਿੰਨੇ ਵੀ ਮੇਰੇ ਸਤਿਕਾਰਯੋਗ ਮੇਰੇ ਨਾਲ ਵੱਡੇ ਪਹੁੰਚੇ ਆ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰੇ ਨਿੱਕੇ ਜਿਹੇ ਸੱਦੇ 'ਤੇ ਮੇਰੀ ਹੈਲਪ ਲਈ, ਮੇਰੀ ਮਦਦ ਲਈ ਆ ਕੇ ਇੱਥੇ ਦਰਸ਼ਨ ਦਿੱਤੇ। ਹਾਲਾਤ ਇਹ ਹੈ ਜੀ, ਮੈਨੂੰ 2 ਜਨਵਰੀ ਦੀ ਜਿਹੜੀ ਅਗਲੀ ਤਰੀਕ ਦਿੱਤੀ ਹੈ ਜੱਜ ਸਾਹਿਬ ਨੇ, ਤੇ ਉੱਥੇ ਜਾ ਕੇ ਪਤਾ ਲੱਗਣਾ, ਤੇ ਬਾਕੀ ਸਾਡੇ ਸਾਰੇ ਸਿਆਣੇ ਉਹਨਾਂ ਨੇ ਕਿਹਾ ਹੀ ਆ ਵੀ ਜੇ ਉਹ ਗੱਲ ਕਰ ਸਕਦੇ ਨਾ ਕਰੇ, ਕਿਉਂਕਿ ਮੈਂ ਇਕੱਲਾ ਐਡਾ ਵਿਦਵਾਨ ਵੀ ਹੈ ਨੀ ਮੈਂ ਆਪਦੀ ਜ਼ਿੰਦਗੀ ਦਾ ਫੈਸਲਾ ਕਰ ਸਕਾਂ, ਪਹਿਲਾਂ ਜਿਹੜੀ ਗਲਤੀ ਹੋਈ ਹੈ ਦੁਬਾਰਾ ਨਹੀਂ ਕਰਨੀ ਚਾਹੁੰਦਾ। ਬਾਕੀ ਮੇਰੇ ਮਾਮਾ ਜੀ ਖੜੇ ਆ, ਸਾਰਾ ਜਲਾਲ ਪਰਿਵਾਰ ਹੈ ਨਾ, ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ। ਅੱਜ ਬਿਲਕੁਲ ਨਾ ਦੋ ਮਿੰਟ ਕਰ ਲੈਂਦੇ ਜੀ ਆਪਾਂ, ਅੱਜ ਇੱਥੇ ਕਿੱਦਾਂ ਮਤਲਬ ਸਵਾਬ ਬਣਿਆ ਜੀ ਕਿ ਅੱਜ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ? ਸਵਾਬ ਪਤਾ ਕੀ ਚੱਕਰ ਹੈ ਜੀ, ਜਿੱਦਾਂ ਉਹਨਾਂ ਨੇ ਇੱਕ ਪਿੱਛੇ ਜਿਹੇ ਵੀਡੀਓ ਪਾਈ ਸੀ ਕਿਸੇ ਚੈਨਲ ਤੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਵੀ ਮੀਰ ਕਾਫਲੇ ਵੱਲੋਂ ਹਸਨ ਮਾਣਕ ਨੂੰ ਸੱਦਾ ਪੱਤਰ ਸੀ, ਹਸਨ ਮਾਣਕ ਪਹੁੰਚਿਆ ਨਹੀਂ, ਪਰ ਅਸਲੀ ਜਿਹੜਾ ਮੀਰ ਕਾਫਲਾ ਉਹ ਇਹ ਆ, ਉਹ ਲੋਕ ਠੀਕ ਆ, ਉਹ ਸਾਡੇ ਹਾਂ ਜਿਹੜਾ ਅੱਜ ਇਕੱਠਾ ਹੋਇਆ ਉਹ ਠੀਕ ਆ, ਸਾਡੇ ਭਾਈਚਾਰੇ ਦੇ ਹੈਗੇ ਆ, ਮੈਂ ਉਹਨਾਂ ਦਾ ਵੀ ਅਦਬ ਕਰਦਾ, ਪਰ ਉਹਨਾਂ ਨੇ ਮੇਰਾ ਕੋਈ ਪੱਖ ਨਹੀਂ ਸੁਣਿਆ, ਉਹਨਾਂ ਨੇ ਆਪਣੀ ਹੀ ਜੋ ਵਿਚਾਰਧਾਰਾ ਸੀਗੀ ਰੱਖਤੀ ਆ। ਬਾਕੀ ਤੁਸੀਂ ਪਲੀਜ਼ ਇੱਧਰ ਵੀ ਤੁਸੀਂ ਹੈ ਨਾ ਪੁੱਛ ਸਕਦੇ ਹੋ, ਜਿੱਦਾਂ ਹੁਣ ਤੁਹਾਡੇ ਆਪਣੇ ਤੁਹਾਡੇ ਮੋਢੇ ਨਾਲ ਮੋਢਾ ਲਾ ਖੜ ਗਏ ਆ, ਤੁਹਾਨੂੰ ਇਹਦੇ ਨਾਲ ਕਿੰਨਾ ਕੁ ਜੋਸ਼ ਆਇਆ? ਭਾਜੀ ਮੇਰੇ 20 ਸਾਲ ਵੱਧ ਜਾਣਗੇ ਜ਼ਿੰਦਗੀ ਦੇ। ਇੱਕ ਕਹਾਵਤ ਹੈ, ਇਕੱਲਾ ਬੰਦਾ ਡਾਵਾਡੋਲ ਹੋ ਜਾਂਦਾ, ਬੰਦੇ ਨੂੰ ਇਹ ਹੁੰਦਾ ਯਾਰ ਵੀ ਮੈਂ ਇਕੱਲਾ ਵੀ ਪਤਾ ਨਹੀਂ ਕੀ ਬਣੂਗਾ, ਉਹ ਕਹਿੰਦਾ ਵੀ ਰਿਹਾ ਵੀ ਇਹਦੇ ਮਗਰ ਕਿਸੇ ਨੇ ਆਉਣਾ ਨਹੀਂ, ਵੀ ਤਾਂ ਇਕੱਲਾ ਹੀ ਆ। ਬਸਨ ਜੀ ਇਹ ਜਾਣਕਾਰੀ ਦਿਓ ਵੀ ਪੂਰਾ ਮਾਮਲਾ ਕੀ ਹੈ, ਕਿਉਂ ਇੱਥੇ ਇਕੱਠੇ ਹੋਏ ਆ, ਕੀ ਮਕਸਦ ਹੈ? ਮਾਮਲਾ ਭਾਜੀ ਉਹ ਜਿੱਦਾਂ ਬਲੈਕਮੇਲ ਕਰ ਰਹੇ ਆ, ਉਹਨਾਂ ਕੋਲ ਕੋਈ ਵੀਡੀਓ ਪਈ ਆ, ਉਹ ਕੱਲ ਨੂੰ
ਮੀਡੀਆ 'ਚ ਵਾਇਰਲ ਕਰ ਦੇਣਗੇ। ਜਾਂ ਕਹਿ ਰਿਹਾ ਸਾਨੂੰ 55 ਲੱਖ ਦੇ ਦਿਓ, ਜਾਂ ਜੀ ਤੇਰੇ ਭਰਾ ਨੂੰ ਚੁਕਾ ਦਿਆਂਗੇ, ਜਾਂ ਤੈਨੂੰ ਚੁਕਾ ਦਿਆਂਗੇ। ਸੋ ਇੱਦਾਂ ਦੇ ਉਹਨਾਂ ਨੇ ਡਰਾਵੇ ਦਿੱਤੇ ਹੋਏ ਆ। ਮੈਂ ਤਾਂ ਸਾਰਿਆਂ ਨੂੰ ਦੱਸਿਆ ਕੱਲ੍ਹ ਨੂੰ ਫਿਰ ਜਦੋਂ ਕੋਈ ਮਾੜਾ ਵਕਤ ਆਉਣਾ ਤੇ ਸਾਰਿਆਂ ਨੇ ਕਹਿਣਾ ਸਾਨੂੰ ਕਿਹੜਾ ਤੂੰ ਦੱਸਿਆ ਸੀ। ਸੋ ਤਾਂ ਇੱਥੇ ਇਕੱਠ ਰੱਖਿਆ ਗਿਆ ਵੀ ਉਹਨੂੰ ਸਮਝਾਓ, ਕਿਉਂਕਿ ਤਕੜਾ ਬੰਦਾ ਪੈਸੇ ਵਾਲਾ ਉਹ। ਉਹਨਾਂ ਨੇ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਜੀ ਮੇਰੇ ਪੇਜ ਤੋਂ, ਬਾਅਦ ਚ ਉਹਨਾਂ ਨੇ ਡਿਲੀਟ ਕੀਤੀ ਆ। ਮੇਰੇ ਕੋਲ ਉਹ ਡਾਊਨਲੋਡ ਹੈਗੀ ਆ, ਮੈਂ ਉਹ ਪੇਸ਼ ਕੀਤੀ ਹੋਈ ਆ ਜਿੱਥੇ ਕਰਨੀ। ਜਿਹੜੇ ਕੋਰਟ ਚ ਮੈਨੂੰ ਪੇਪਰ ਭੇਜਿਆ ਕੋਰਟ ਵੱਲੋਂ ਸਾਹਮਣਾ ਆਏ ਮਾਣਯੋਗ ਅਦਾਲਤ ਵੱਲੋਂ, ਉਹਦੇ ਚ ਵੀ 65 ਲੱਖ ਹੈ। ਮੀਡੀਆ ਚੋਂ 55 ਲੱਖ ਕਹਿ ਰਹੇ ਆ, ਫਿਰ ਉਹ ਕਹਿੰਦੇ ਪੰਚਾਇਤ ਚ ਮੈਂ 25 ਲੱਖ ਚ ਮੰਨ ਗਿਆ ਸੀ। ਜਿਹੜੇ ਬੰਦਾ 65 ਲੱਖ ਲੱਗਿਆ ਹੋਵੇ ਉਹ 25 ਕਿਵੇਂ ਲੈ ਕੇ ਚੁੱਪ ਕਰ ਜੂਗਾ? ਮੈਨੂੰ ਐਡਾ ਵੀ ਕੋਈ ਦੇਵਤਾ ਨਹੀਂ ਹੈਗਾ ਉਹ, 25 ਲੱਖ ਚ ਮੰਨ ਗਿਆ ਉਹ, ਇਟ ਮੀਨਸ ਉਹਦਾ ਕੁਛ ਲੱਗਿਆ ਨੀ। ਭਾਜੀ ਲੋਕ ਬਹੁਤ ਸਿਆਣੇ ਆ, ਸਭ ਨੂੰ ਪਤਾ ਗੱਲ ਇੱਕ ਵਧਾ ਕੇ ਕਹਿਣੀ ਆ ਸਭ। ਮੈਂ ਕਹਿੰਦਾ ਦੁਨੀਆ ਇੱਦਾਂ ਦੀ ਆ ਮਹਾਰਾਜ, ਚਾਹੇ ਤੁਸੀਂ ਇੱਕ ਨੋਰਮਲ ਬੰਦੇ ਨੂੰ ਜਿਹੜਾ ਪੜ੍ਹਿਆ ਲਿਖਿਆ ਨਹੀਂ ਉਹਨੂੰ ਵੀ ਕੋਈ ਵੀਡੀਓ ਦਿਖਾ ਦੋਗੇ ਜਾਂ ਕੋਈ ਉਹਨੂੰ ਗੱਲ ਸੁਣਾ ਦੋਗੇ, ਉਹ ਕਹੂਗਾ ਯਾਰ ਇਹ ਤਾਂ ਐਵੇਂ ਮਰੀ ਜਾਂਦੇ, ਇਹਦਾ ਕੋਈ ਅੰਤ ਨਹੀਂ ਹੈ। ਸੋ ਵੀਰੇ ਦੁਨੀਆ ਬੜੀ ਬਖਸ਼ਣਹਾਰ ਹੈ, ਬੜੀ ਸਮਝਦਾਰ ਹੈ, ਠੀਕ ਹੈ ਨਾ। ਬੰਦਾ ਜਦੋਂ ਲੋਕਾਂ ਤੋਂ ਭੁੱਲ ਬਖਸ਼ਾਉਂਦਾ ਤਾਂ ਸਮਝ ਲਓ ਰੱਬ ਤੋਂ ਬਖਸ਼ਾ ਲਈ, ਸੰਗਤ ਦੇ ਵਿੱਚ ਰੱਬ ਵੱਸਦਾ। ਭਾਜੀ ਮੇਰਾ 2020 'ਚ ਹੋਇਆ ਸੀਗਾ ਐਗਰੀਮੈਂਟ, ਪਰ ਉਹ ਕਹਿ ਰਿਹਾ 2022 ਤੋਂ ਸ਼ੁਰੂ ਹੋਇਆ। ਮੈਂ ਕਿਹਾ ਵੀ ਜੇ 1.5 ਸਾਲ ਮੈਨੂੰ ਫਿਰ ਗੁਲਾਮ ਬਣਾ ਕੇ ਰੱਖਣ ਦਾ ਤਾਂ ਕੋਈ ਫਾਇਦਾ ਨਹੀਂ ਸੀ ਜੇ 2022 'ਚ ਹੋਇਆ। ਬਾਕੀ ਤੁਸੀਂ ਪਲੀਜ਼ ਇੱਧਰ ਗੱਲ ਕਰ ਸਕਦੇ ਹੋ, ਮਿਹਰਬਾਨੀ। ਮੈਂ ਉਹਨਾਂ ਦਾ ਰੀਅਲ ਮਾਮਾ, ਸੱਕਾ ਮਾਮਾ, ਜਗਦੇਵ ਖਾਨ। ਸੋ ਜਿਹੜਾ ਐਗਰੀਮੈਂਟ, ਸੱਚੀ ਗੱਲ ਹੈ, 2020 ਵਿੱਚ ਹੀ ਹੋਇਆ ਸੀਗਾ। ਮੈਂ ਪਹਿਲੇ ਦਿਨ ਮੈਂ ਨਾਲ ਗਿਆ ਸੀਗਾ ਜਿੱਦਣ ਐਗਰੀਮੈਂਟ ਦੀ ਗੱਲ ਹੋਈ ਹੈ, 40-60 ਦੀ ਗੱਲ ਹੋਈ ਸੀ। ਜਿੱਦਣ ਐਗਰੀਮੈਂਟ ਹੋਇਆ ਦੂਸਰੇ ਦਿਨ ਉਹ ਸਾਨੂੰ ਨਾਲ ਨਹੀਂ ਲੈ ਕੇ ਗਿਆ, ਮੈਨੂੰ ਨਾ ਮੇਰੇ ਵੱਡੇ ਬ੍ਰਦਰ ਨੂੰ ਨਾ ਕਿਸੇ ਨੂੰ ਵੀ, ਇਕੱਲੇ ਹਸਨ ਨੂੰ ਲੈ ਗਿਆ ਉਹਨੇ। ਵਿੱਚ ਕੀ ਲਿਖਾਇਆ ਹੈ ਤੂੰ, ਇਹ ਇੰਨਾ ਇੰਗਲਿਸ਼ ਤਾਂ ਪੜ੍ਹਿਆ ਨਹੀਂ ਹੋਇਆ, ਪਤਾ ਨਹੀਂ ਕੀ ਕੀ ਲਿਖਾਤਾ ਹੈ ਤੂੰ, ਸਾਈਨ ਕਰਵਾ ਲਏ। ਜਿਹੜਾ ਉਹ ਕਹਿੰਦਾ ਵੀ 2000 ਲੋਕਡਾਊਨ ਹੋ ਗਿਆ, ਐਗਰੀਮੈਂਟ ਕਦੋਂ ਹੁੰਦਾ? ਜਿੱਦਣ ਸਾਈਨ ਹੋ ਜਾਂਦੇ ਆ, ਚਾਹੇ ਲੋਕਡਾਊਨ ਹੋ ਜਾਵੇ ਚਾਹੇ ਕੋਈ ਵੀ ਪ੍ਰੋਬਲਮ ਆ ਜਾਵੇ, ਐਗਰੀਮੈਂਟ ਉਦੋਂ ਤੋਂ ਸ਼ੁਰੂ ਹੁੰਦਾ ਜਿੱਦਣ ਆਪਾਂ ਸਾਈਨ ਹੋ ਜਾਂਦੇ ਆ। ਇਹ ਨਹੀਂ ਹੈਗਾ ਵੀ ਲੋਕਡਾਊਨ ਹੋ ਗਿਆ ਵੀ ਉਹ 2 ਸਾਲ ਕੱਟੇ ਜਾਣਗੇ, ਐਗਰੀਮੈਂਟ ਦਾ ਇਹ ਮਤਲਬ ਨਹੀਂ ਹੁੰਦਾ। ਦੂਜਾ ਨੰਬਰ ਜਿਹੜੀ ਉਹ ਗੱਲ ਕਹਿ ਰਿਹਾ ਵੀ ਮੈਂ ਇਹਨੂੰ ਮਾਣਕ ਬਣਾਇਆ, ਉਹ ਕਿੱਦਾਂ ਬਣਾ ਸਕਦਾ ਮਾਣਕ? ਮਾਣਕ ਸਾਡੇ ਚਾਚਾ ਜੀ ਹੈ, ਇਹ ਸਾਡਾ ਸਕਾ ਭਾਣਜਾ ਹੈ, ਇਹਦੇ ਨਾਨਾ ਜੀ ਹੋਏ, ਅਸੀਂ ਮਾਣਕ ਨਾਲ ਲਾ ਸਕਦੇ ਹਾਂ, ਇਹ ਵੀ ਲਾ ਸਕਦਾ, ਦੋਤਾ ਇਹ, ਉਹਨੇ ਥੋੜ੍ਹਾ ਮਾਣਕ ਬਣਾਤਾ ਇਹਨੂੰ। ਰਹੀ ਗੱਲ ਗਧੇ ਤੋਂ ਘੋੜਾ, ਤੁਹਾਨੂੰ ਹਸਨ ਪਹਿਲਾਂ ਹੀ ਦੱਸ ਚੁੱਕਿਆ ਮੈਂ ਗਧੇ ਤੋਂ ਘੋੜਾ ਬਣਾਇਆ, ਫਿਰ ਗਧੇ ਤਾਂ ਹੋਰ ਫਿਰ ਜੇ ਉਹਦੇ ਕੋਲ ਬਣਾ ਲਈ ਘੋੜਾ। ਜੇ ਉਹਨੇ ਇਹਦੇ ਨਾਲ ਐਗਰੀਮੈਂਟ ਕੀਤਾ, ਇਹਦੇ 'ਚ ਕੋਈ ਤੰਤ ਸੀ, ਉਹਨੂੰ ਕੁਝ ਦਿਸਦਾ ਸੀ ਇਹਦੇ ਵਿੱਚ, ਤਾਂ ਹੀ ਉਹਨੇ ਇਹਦੇ 'ਤੇ ਕਹਿੰਦਾ ਮੈਂ ਪੈਸੇ ਲਾਏ ਆ। ਪਰ ਅਸੀਂ ਵੀ ਸਿੰਗਰ ਹਾਂ, ਅਸੀਂ ਵੀ ਗਾਉਂਦੇ, ਸਾਨੂੰ ਵੀ ਪਤਾ ਵੀਡੀਓ 'ਤੇ ਕਿੰਨਾ ਕੁ ਪੈਸਾ ਲੱਗਦਾ, ਹਰ ਇੱਕ ਚੀਜ਼ ਕੋਈ ਰਸੀਦ ਤਾਂ ਹੋਣੀ ਆ ਉਹਦੇ ਕੋਲ। ਜੇ 65 ਲੱਖ ਰੁਪਇਆ ਲਾਇਆ ਤਾਂ ਉਹ ਰਸੀਦ ਤਾਂ ਹੋਊਗੀ, ਟੈਕਸ ਵੀ ਭਰਦਾ ਹੋਊ ਕਿਤੇ ਨਾ ਕਿਤੇ, ਉਹ 65 ਲੱਖ ਤੱਕ ਥੋੜ੍ਹਾ ਥੋੜ੍ਹਾ ਹੁੰਦਾ ਕਿਤੇ। ਤੁਸੀਂ ਕਹਿੰਦੇ ਹੋ ਵੀ ਜਿਹੜਾ ਐਗਰੀਮੈਂਟ ਕੀਤਾ ਗਿਆ ਸੀ ਉਹ ਅਸੀਂ ਪੜ੍ਹਿਆ ਨਹੀਂ, ਤੁਹਾਨੂੰ ਨਹੀਂ ਲੱਗਦਾ ਵੀ ਐਗਰੀਮੈਂਟ ਜਿਹੜਾ ਪੜ੍ਹਨਾ ਚਾਹੀਦਾ ਸੀ ਉਸ ਵਿੱਚ ਕੀ ਗੱਲਾਂ ਲਿਖੀਆਂ ਨੇ? ਪੜ੍ਹਨਾ ਚਾਹੀਦਾ ਜੇ ਪੜ੍ਹਾਉਂਦਾ, ਉਹ ਇਕੱਲੇ ਨੂੰ ਲੈ ਗਿਆ, ਪਤਾ ਨਹੀਂ ਡਰਾ ਕੇ ਲੈ ਗਿਆ, ਪਤਾ ਨਹੀਂ ਕਿੱਦਾਂ ਲੈ ਗਿਆ, ਇਕੱਲੇ ਨੂੰ ਲੈ ਗਿਆ, ਉਹਦਾ ਫਰਜ਼ ਬਣਦਾ ਸੀ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇੱਕ ਜਣੇ ਨੂੰ ਨਾਲ ਲੈ ਕੇ ਜਾਂਦਾ, ਪੜ੍ਹਾਉਂਦਾ ਵੀ ਆਹ ਦੇਖੋ ਵੀ ਆਹ ਅਸੀਂ ਐਗਰੀਮੈਂਟ ਕਰਨ ਲੱਗੇ ਹਾਂ ਵੀ ਤੁਹਾਨੂੰ ਠੀਕ ਲੱਗਦਾ। ਹਸਨ ਨੇ ਗੱਲ ਕੀਤੀ, ਮੈਂ ਫੋਨ ਕੀਤਾ, ਕਹਿੰਦਾ ਮਾਮਾ ਜੀ ਉਹ ਤਾਂ ਕਹਿੰਦਾ ਵੀ ਆਪਾਂ ਰਿਕਾਰਡਿੰਗ ਕਰਨ ਚੱਲੇ ਹਾਂ, ਉੱਥੇ ਜਾ ਕੇ ਤੂੰ ਸਾਈਨ ਕਰਵਾ ਲੇ। ਸਾਈਨ ਰੌਲਾ ਤਾਂ ਉਹੀ ਹੈ ਨਾ, ਉਹ ਸਾਈਨ ਕਰ ਲਿਆ ਗੀਤਾਂ ਦੇ ਕਰਾਉਣ, ਕਹਿੰਦਾ ਗੀਤਾਂ ਦਾ ਸਾਈਨ ਕਰਾਉਣਾ ਵੀ ਗੀਤ ਰਿਕਾਰਡ ਕਰਦੇ ਹਾਂ ਆਪਾਂ, ਤਾਂ 4 ਗੀਤ ਰਿਕਾਰਡ ਕਰਨੇ ਆ,
ਉਹਦੇ ਸਾਈਨ ਕਰਾਉਣੇ ਆ। ਤੁਹਾਡੇ ਵੱਲੋਂ ਸਾਫ ਸਫਾਈ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਇੱਕ ਬਲੈਕਮੇਲਿੰਗ ਕੀਤਾ ਗਿਆ। ਬਿਲਕੁਲ ਇਹੀ ਹੈ, ਨਹੀਂ ਕਿਸੇ ਨੂੰ ਨਾਲ ਲਿਜਾਣਾ ਤਾਂ ਫਰਜ਼ ਬਣਦਾ ਹੀ ਹੈ ਪਰਿਵਾਰ ਦੇ ਮੈਂਬਰ ਨੂੰ। ਜਦੋਂ ਆਪਾਂ ਉਹਦੇ ਤਾਂ ਸਾਰਾ ਪਰਿਵਾਰ ਨਾਲ ਹੈ, ਉਹਦੇ ਭਰਾ ਨਾਲ ਹੈ, ਉਹਦੇ ਦੋਸਤ ਨਾਲ ਹੈ, ਨਾ ਤਾਂ ਹਸਨ ਦਾ ਕੋਈ ਦੋਸਤ ਨਾਲ, ਨਾ ਉਹਦਾ ਕੋਈ ਮਾਮਾ ਨਾਲ, ਨਾ ਉਹਦਾ ਕੋਈ ਭਰਾ ਨਾਲ ਹੈ। ਇਹਦਾ ਮਤਲਬ ਬਲੈਕਮੇਲ ਹੀ ਹੋ ਗਿਆ, ਇਕੱਲੇ ਨੂੰ ਲਿਜਾ ਕੇ ਡਰਾਉਣ ਤੋਂ ਭਗਾਉਣ ਵਾਲੀ ਗੱਲ ਹੀ ਹੋ ਗਈ। ਪਹਿਲਾਂ ਹਸਨ ਨੇ ਵੀ ਤੁਹਾਨੂੰ ਦੱਸਿਆ ਹੀ ਹੈ ਵੀ ਗਾਲਾਂ ਕੱਢੀਆਂ, ਕੋਈ ਗਾਲ ਨਹੀਂ ਲੈਂਦਾ ਕਿਸੇ ਨਾ ਵੀ ਕਿਸੇ ਦਾ ਐਗਰੀਮੈਂਟ ਹੋਵੇ, ਕੋਈ ਕਿਸੇ ਦੀ ਗਾਲ ਲੈਂਦਾ ਨਹੀਂ। 60-40 ਦਾ ਇਹਨਾਂ ਦਾ ਸੀਗਾ ਕਮਿਟਮੈਂਟ ਹੋਈ ਵੀ ਤੈਨੂੰ 40% ਦੇਣਾ, ਮੰਨ ਲਓ 100,000 ਰੁਪਏ 'ਚ ਪ੍ਰੋਗਰਾਮ ਹੈ ਤਾਂ 40% ਹਸਨ ਨੂੰ ਮਿਲਣਾ ਚਾਹੀਦਾ। ਉਹ 40 ਦੇ ਵਿੱਚੋਂ ਹੀ ਮਜੀਸ਼ੀਅਨਾਂ ਨੂੰ ਪੈਸੇ ਦਿੰਦਾ ਸੀ, 40 'ਚੋਂ ਰੋਟੀ ਦੇ ਪੈਸੇ, ਫਿਰ ਇਹਨੂੰ ਕੀ ਬਚਿਆ? ਜਿਹੜਾ ਐਗਰੀਮੈਂਟ ਦਾ ਮਤਲਬ ਹੁੰਦਾ ਜਿਹੜਾ 60% ਉਹਨੇ ਲੈਣਾ, ਉਹਦੇ ਵਿੱਚੋਂ ਖਰਚਾ ਹੋਵੇ, 40% ਇਹਨੂੰ ਦੇਵੇ। ਇੱਥੋਂ ਇਹਨਾਂ ਦਾ ਡਿਸਕਿਊਟ ਪੈਦਾ। ਮੇਰੇ ਸਾਹਮਣੇ 5 ਸਾਲ ਦੀ ਗੱਲ ਹੋਈ ਸੀ, ਬਾਅਦ 'ਚ ਇਹਨੂੰ ਕਿਹਾ ਮੈਂ ਤੈਨੂੰ ਬਾਹਰ ਲੈ ਕੇ ਜਾਊਂਗਾ, ਇੰਗਲੈਂਡ ਲੈ ਕੇ ਜਾਊਂਗਾ, ਆਸਟ੍ਰੇਲੀਆ ਲੈ ਕੇ ਜਾਊਂਗਾ, ਹੋਰ ਸਾਈਨ ਕਰਾ ਲਏ, ਲੈ ਕੇ ਗਿਆ ਨਹੀਂ, ਵੀਜ਼ੇ 'ਤੇ ਲੱਗੇ ਹੋਏ ਆ। ਹਸਨ ਮਾਨਕ ਦਾ ਪਰਿਵਾਰ ਜਿੱਦਾਂ ਉਹਦੀ ਮਦਰ, ਫਾਦਰ, ਬ੍ਰਦਰ ਕੀ ਕੰਮ ਕਰ ਰਿਹਾ, ਕਿੱਦਾਂ ਕਿੱਦਾਂ? ਦੇਖੋ ਜੀ, ਉਹਦਾ ਫਾਦਰ ਸਾਹਿਬ ਹੈ, ਉਹਨਾਂ ਨੇ ਇਹਨਾਂ ਨੂੰ ਪਾਲਿਆ, ਜਿੱਦਾਂ ਮਿਹਨਤ ਮਜ਼ਦੂਰੀ ਕੀਤੀ, ਲਾ ਲਓ ਸਬਜ਼ੀ ਵੇਚੀ, ਲਾ ਲਓ ਕੁਛ ਵੀ ਕਰ ਲਓ, ਜੋ ਕੁਛ ਬਣਾਇਆ, ਘਰ ਬਣਾਇਆ, ਜਿੰਨਾ ਕੁ ਵੀ ਬਣਾਇਆ, ਇਹਨਾਂ ਦੇ ਫਾਦਰ ਸਾਹਿਬ ਨੇ ਬਣਾਇਆ। ਹਸਨ ਹੁਣਾਂ ਨੇ ਕੁਛ ਵੀ ਨਹੀਂ ਬਣਾਇਆ ਹਜੇ ਤੱਕ। 2 ਸਾਲਾਂ 'ਚ 2,10,000 ਰੁਪਏ ਦਿੱਤਾ, ਮਹੀਨੇ ਦਾ 2,200 ਰੁਪਇਆ ਬਣਦਾ, 2,200 ਰੁਪਏ 'ਤੇ ਕੋਈ ਕੰਮ ਕਰਦਾ ਕਿਸੇ ਕੋਲ? ਇੱਕ ਮਹੀਨੇ ਦਾ 2,200 ਰੁਪਇਆ ਬਣਿਆ, 2,200 'ਚ ਤਾਂ ਕੋਈ ਕੰਮ ਨਹੀਂ ਕਰ ਸਕਦਾ ਕਿਸੇ ਕੋਲ। 90 ਪ੍ਰੋਗਰਾਮ ਲਾਏ ਆ, ਦੱਸਦਾ ਉਹ ਖੁਦ, ਦੱਸਦਾ ਵੀ ਮੈਂ 1,30,000 ਜਾਂ 1,50,000 ਰੁਪਇਆ ਲੈਂਦਾ ਰਿਹਾ। ਖੁਦ ਉਹਨੇ ਕੋਰਟ ਵਿੱਚ ਪੇਸ਼ ਕੀਤੇ ਹੋਏ ਆ ਵੀ ਮੈਂ 1,30,000 ਰੁਪਇਆ ਲੈਂਦਾ ਸੀਗਾ, 90 ਪ੍ਰੋਗਰਾਮਾਂ ਦਾ 2,10,000 ਰੁਪਇਆ ਦਿੱਤਾ, ਹਿਸਾਬ ਲਾ ਲਓ। ਪ੍ਰੋਗਰਾਮ ਲਾਉਣੇ ਸਟਾਰਟ ਹੋਏ ਸੀ ਵੀ 90 ਪ੍ਰੋਗਰਾਮ ਲਗਾਉਣ ਤੋਂ ਬਾਅਦ ਤੁਹਾਨੂੰ 2,20,000 ਰੁਪਇਆ ਮਿਲਿਆ, ਉਸ ਤੋਂ ਪਹਿਲਾਂ ਕੁਝ ਵੀ ਨਹੀਂ ਮਿਲਿਆ? ਇਹ 2022 ਤੋਂ ਬਾਅਦ ਦੇਣੇ ਸ਼ੁਰੂ ਕੀਤੇ ਉਹਨੇ, ਪਹਿਲਾਂ ਨਹੀਂ ਦਿੱਤੇ। ਪਹਿਲਾਂ ਜੋ 90 ਪ੍ਰੋਗਰਾਮ ਦੀ ਤੁਸੀਂ ਕਰ ਰਹੇ ਹੋ ਫ੍ਰੀ ਲਗਾਏ ਗਏ? ਨਹੀਂ ਨਹੀਂ, ਮਹੀਨੇ ਬਾਅਦ ਦੇ ਜਾਂਦਾ ਜੀ 5,000 ਇਹਨੂੰ, ਮਹੀਨੇ ਬਾਅਦ, 3 ਮਹੀਨੇ ਬਾਅਦ ਹੋਇਆ ਸੀ 40-60 ਦਾ ਜੀ, 40-60 ਦਾ ਮਤਲਬ ਮੈਂ ਪ੍ਰੋਗਰਾਮ ਲਾਇਆ, ਬਸ 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 ਬਸ, ਇਹ ਫਰਜ਼ ਬਣਦਾ ਸੀਗਾ। ਉਦੋਂ ਤੁਸੀਂ ਕਿਉਂ ਨਹੀਂ ਰੌਲਾ ਪਾਇਆ ਜਦੋਂ ਤੁਹਾਨੂੰ ਪਤਾ ਸੀ ਤੁਹਾਨੂੰ ਸਹੀ ਪੇਮੈਂਟ ਨਹੀਂ ਮਿਲ ਰਹੀ? ਸਾਨੂੰ ਮਿਲ ਨਹੀਂ ਦਿੰਦਾ ਸੀ ਉਹ, ਇਹਨੂੰ ਸਾਡੇ ਕੋਲ ਆਉਣ ਹੀ ਨਹੀਂ ਦਿੰਦਾ ਸੀ, ਡਰਾਈ ਰੱਖਦਾ ਸੀ ਐਗਰੀਮੈਂਟ ਹੈਗਾ ਕਿਤੇ ਨਹੀਂ ਜਾਣਾ। ਪਾਇਆ ਉਹਦੀ ਮੰਮੀ ਨਾਲ ਗੱਲ ਕੀਤੀਆਂ ਨੇ, ਉਹਦੀ ਮਦਰ ਨਾਲ, ਹਿੰਦੀ ਬਲਿੰਗ ਦੀ ਮਦਰ ਨਾਲ। ਮੈਂ ਦਿੰਦਾ ਭਾਜੀ ਤੁਹਾਨੂੰ, ਮੇਰੇ ਨਾਲ ਹੁਣੇ ਹਿੰਦੀ ਬਲਿੰਗ ਪਰਸ ਬੈਠ ਰਹੇ ਸੀ ਇਕੱਠੇ, ਉਹ ਕਹਿੰਦਾ ਵੀ ਮੈਂ ਇਹਨੂੰ ਚਾਚਾ ਵੀ ਕਿਹਾ ਸੀ ਤੈਨੂੰ ਕੋਠੀ ਲੈ ਦੂੰ ਜਾਂ ਕੁਛ ਵੀ, ਕਹਿਣ ਦਾ ਮਤਲਬ ਮੈਂ ਸੋਚਿਆ ਚੱਲ 4 ਪੈਸੇ ਬਾਅਦ 'ਚ ਦਊਂਗਾ, ਮੈਂ ਵੀ ਇੱਦਾਂ ਤਾਂ ਕੋਈ ਨਹੀਂ ਲੈ ਦਿੰਦਾ। ਪੁੱਤ ਦੇਖੋ, ਤੁਹਾਡਾ ਕੰਮ ਸੀ ਇਕੱਠਿਆਂ ਦਾ, ਗੱਡੀ 'ਚ ਬਹਿੰਦੇ ਪਾਉਣ ਲਾਇਆ, 40 ਉਹਦਾ ਬਣਦਾ ਸੀ, 60-70 ਰੁਪਏ 'ਚ ਖਰਚ ਕੱਢ ਨੂੰ ਫੜਾ ਕੇ ਤੁਰ ਜਾਂਦਾ। ਕਹਿੰਦਾ ਮੈਂ ਸੋਚਿਆ ਜੀ ਇਹ ਲਾਲਚ ਦਾ ਮਾਰਾ, ਹੁਣ ਬਾਈ ਜੀ ਜਦੋਂ ਬੰਦਾ ਕੋਈ ਵੀ ਕਾਮਯਾਬ ਹੋਣ ਦੇ ਲਾਲਚ ਹੁੰਦਾ, ਹਰੇਕ ਮਰਦਾ ਕਦੋਂ ਜੋ ਲਾਲਚ ਹੁੰਦਾ, ਵੀ ਕਦੇ ਕੋਈ ਬੰਦਾ ਮਰਦਾ ਨਹੀਂ, ਲਾਲਚ ਮਾਰਾ ਹੀ ਮਰਦਾ, ਕੋਈ ਵੀ ਇਨਸਾਨ ਅੱਜ ਤੱਕ ਮਰਿਆ ਲਾਲਚ ਦੇ ਮਾਰੇ ਮਰਿਆ। ਇਹਨੂੰ ਕਹਿੰਦਾ ਰਿਹਾ ਵੀ ਤੇਰੇ ਲਈ ਐਂ ਕਰ ਦੂੰਗਾ, ਉਹ ਕਰ ਦੂੰ, ਸਾਜ ਬਾਗ ਦਿਖਾਉਂਦਾ ਰਿਹਾ, ਇਹ ਜਵਾਕ ਸੀ ਉਹਦੇ ਮਗਰ ਲੱਗਾ ਰਿਹਾ। ਨਹੀਂ ਤਾਂ ਮੈਂ ਤਾਂ ਕਹਿੰਦਾ ਮੈਨੂੰ ਤੀਜੇ ਪ੍ਰੋਂਪਟ ਹੀ ਦੱਸ ਦਿੰਦਾ ਵੀ ਆਹ ਗੱਲ ਆ ਮਾਮਾ, ਵੀ ਇੱਦਾਂ ਨਹੀਂ ਇੱਦਾਂ ਕਰਨੀ ਆਪਾਂ, ਤੇ ਤੂੰ ਉਹਦੀ ਬੁਲਾ ਲੈਂਦਾ ਨਾ। ਦੂਜੀ ਗੱਲ ਇਹ ਹੁੰਦੀ ਹੈ, ਇਹ ਪਹਿਲਾਂ ਛੋਟਾ ਹੁੰਦਾ ਸੀ, ਵਧੀਆ ਇਨਸਾਨ ਆ ਅਸਲ, ਇਹ ਸਤਿਕਾਰ ਕਰਦੇ ਚੱਲ ਜਾ ਮੇਰਾ ਵਧੀਆ, ਉਹਨੇ, ਮੈਂ ਇਹ ਨਹੀਂ ਕਹਿੰਦਾ ਮਿਹਨਤ ਕੀਤੀ ਹੁੰਦੀ ਨੇ, ਅੱਜ ਵੀ ਆਪਾਂ ਜਿਹੜੀ ਗੱਲ ਸੱਚ ਆ ਉਹਨੇ ਮਿਹਨਤ ਕੀਤੀ ਹੈ ਇਕੱਠੇ ਰਹੇ। ਜਿਹੜੀ ਦੂਜੀ ਗੱਲ, ਜਿਵੇਂ 65 ਲੱਖ ਜਾਂ ਤੁਸੀਂ 55 ਲੱਖ, ਉਹ ਸਾਡੇ ਮਾਣਕ ਚਾਚੇ ਦੇ ਗੀਤ ਆ ਸਾਡੇ ਦੇ, ਉਹਦੇ 'ਤੇ ਕਿੰਨੇ ਕੁ ਪੈਸੇ ਲੱਗ ਗਏ, ਸਾਡੇ ਸਾਹਮਣੇ ਨਹੀਂ ਸੀ ਲੱਗਦੇ, ਉਹ ਢੋਲਕ 'ਤੇ ਗਾਉਣ ਵਾਲੇ ਗੀਤ ਆ ਉਹ। ਜੇ ਅੱਜ ਦੇ ਨਵਾਂ ਵੀਡੀਓ ਬਣਾ ਫਿਰ ਮੈਂ ਮੰਨ ਜੂਗਾ ਵੀ ਹਾਂ ਪੈਸੇ ਲੱਗੇ ਆ, ਉਹ ਤਾਂ ਖੜ ਕੇ ਇੱਥੇ ਵੀਡੀਓ ਬਣਾ ਲਓ ਮਾਣਕ ਸਾਹਿਬ ਦਾ, ਤਾਂ ਉਹ ਵੀ ਚੱਲ ਜੂਗਾ, ਕੋਈ ਨਵੀਂ ਗੱਲ ਤਾਂ ਕੀਤੀ ਨਹੀਂ। ਬਹੁਤ ਪਿਆਰਾ, ਮੈਂ ਕਿਉਂ, ਮੈਂ ਕਿਉਂ ਜੇਕਰ ਇਹ ਮਿਲਵਰਤਨ ਹੋ ਰਿਹਾ ਤੇ ਇਹ
ਕੋਰਟ ਚ ਪਹਿਲਾਂ ਵੀ ਮੇਰੇ ਕੋਲ ਇੰਦੀ ਆਇਆ ਸੀ, ਉਹ ਆਇਆ, ਮੈਂ ਉਹਨੂੰ ਕਿਹਾ ਸੀ ਬਹਿ ਕੇ ਨਿਬੇੜਾਂਗੇ, ਕੋਈ ਉਹਨੇ ਕੋਰਟ ਚੱਲ ਗਿਆ, ਨਹੀਂ ਮੈਂ ਨਿਬੇੜ ਨਹੀਂ ਸੀ ਬਹਿ ਕੇ, ਭਾਵੇਂ ਹੁਣ ਤੂੰ ਕੋਰਟ 'ਚ ਨਿਬੇੜ ਲੈ ਭਾਈ, ਜਦੋਂ ਕੋਰਟ 'ਚ ਹੀ ਚੱਲ ਗਿਆ, ਪਹਿਲਾਂ ਮੇਰੇ ਕੋਲ ਆਇਆ, ਮੇਰੇ ਨਾਲ ਤਾਂ ਘਰ ਆ, ਮੇਰੇ ਕੋਲ ਦੂਰ ਰਹਿੰਦੇ ਨੇ ਇਹ, ਮੈਨੂੰ ਪਹਿਲਾਂ ਕੌਣ ਬੋਲਣਾ ਤੂੰ, ਮੈਂ ਦੋ ਦਿਨ ਤੈਨੂੰ ਟਾਈਮ ਦਿੱਤਾ, ਮੈਂ ਕਹਿੰਦਾ ਹਿੰਦੀ ਮਹਾਂ ਚਾਚਾ ਕੋਈ ਦਫ਼ਤਰ ਆ ਗਿਆ, ਜੋ ਗੱਲ ਹੋਈ ਹੈ ਮੈਨੂੰ ਇੰਨੀ ਗੱਲ ਕਹੀ, ਮੈਂ ਕੋਈ ਨੀ, 100 ਵਾਰੀ ਹੁੰਦੀ ਯਾਰ, ਤੂੰ ਵੀ ਸਾਡਾ ਪੁੱਤ, ਉਹ ਵੀ ਸਾਡਾ ਭਾਣਜਾ, ਕਿਹੜੀ ਗੱਲ ਹੈ, ਘਰੇ ਬਹਿ ਕੇ ਨਿਬੇੜ ਲਾਂਗੇ, ਉਦੋਂ ਪਤਾ ਲੱਗਿਆ ਜੇ ਸੰਭਣ ਜਾਵੇ, ਫਿਰ ਮੈਂ ਬਾਈ ਫਿਰ ਕਾਹਦਾ ਸੀ ਨਿਬੇੜਨ ਵਾਲੇ ਰਹਿ ਗਏ ਜਦੋਂ ਕੋਰਟ 'ਚ ਜਾ ਵੜਿਆ, ਬਾਈ ਜੀ ਹੁਣ ਤੁਸੀਂ ਵੀ ਕੋਈ ਕਹੋ ਨਿਬੇੜ ਲਈ ਜਾਂਦਾ, ਜੋ ਮੇਰੇ ਕੋਲ ਘਰੇ ਆਉਂਦੇ, ਫਿਰ ਤਾਂ ਮੈਂ ਉੱਥੇ ਨਿਬੜ ਜੂ, ਜੋ ਮੈਨੂੰ ਤਾਂ ਕਹਿੰਦੇ ਨਿਬੇੜਨਾ, ਜਾਈ ਜਾਣਾ ਕੋਰਟ 'ਚ ਤੁਸੀਂ, ਫਿਰ ਮੈਂ ਕਾਹਦੇ ਨਹੀਂ ਵਿੱਚ ਤੁਹਾਨੂੰ, ਤਾਂ ਹੁਣ ਵੀ ਆਇਆ ਪਰਸੋਂ, ਕਹਿੰਦਾ ਆਪਾਂ ਮਹਾਂ ਪੁੱਤ ਕੋਈ ਗੱਲ ਨਹੀਂ, ਹਾਲੇ ਵੀ ਕੋਈ ਤੁਹਾਡਾ ਵਿਗੜਿਆ ਨਹੀਂ, ਆਹ ਜਿਹੜੀ ਗਾਲਾਂ ਗੁਲੀਆਂ ਤੇ, ਮੈਂ ਕਿਹਾ ਮੈਂ ਗੱਲ ਉਹ ਇਨਸਾਨ ਆ ਲੁਧਿਆਣੇ ਚੱਕ ਕੇ ਪੁੱਛ ਲਈ, ਮੈਂ ਧਰਤੀ 'ਚ ਕੱਢਦਾ, ਉਹ ਇਹ ਕਹਿ ਕੇ ਦਿਖਾ ਦੇ ਮੈਨੂੰ, ਉਹਨਾਂ ਗਾਲਾਂ ਕੱਢੀ ਨਹੀਂ ਗਲਤ ਹੈ, ਕਹਿੰਦਾ ਮੈਂ ਚਾਚਾ ਕੱਢੀਆਂ ਨਹੀਂ, ਮੈਂ ਕਿਹਾ ਮੇਰੇ ਕੋਲ ਪ੍ਰੂਫ ਪਿਆ, ਸਾਨੂੰ ਅਮੈਰੀਕਾ ਤੋਂ ਬੰਦੇ ਨੂੰ ਫੋਨ ਕੀਤਾ ਨੇ, ਉਹਦੇ ਸਾਹਮਣੇ ਜਾਤ ਬਾਰੇ ਬੋਲਿਆ, ਹੋਰ ਸਾਡਾ ਕਿੰਗਰਾ ਉਹਦਾ ਨਾਮ ਬੰਦੇ ਦਾ, ਮਾਨਕ ਸਾਹਿਬ ਨੇ ਗੀਤ ਬਾਰੇ ਕਰਾਇਆ ਉਹਨਾਂ ਦੇ, ਉਹਨਾਂ ਦੇ ਸਾਹਮਣੇ ਕੰਮਿਆਣੇ ਤੋਂ ਕਿੰਗਰਾ ਅਮੈਰੀਕਾ 'ਚ ਰਹਿੰਦਾ, ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਮੇਰੇ ਸਾਹਮਣੇ ਖੋਦੇ ਨੇ ਮੈਨੂੰ ਫੋਨ 'ਤੇ ਕਿਹਾ ਵੀ ਮੈਂ ਉਹਨਾਂ ਨੂੰ ਖਿਲਾਰ ਕੇ ਰੱਖ ਦੂੰ, ਮੈਂ ਕਰ ਦੂੰ, ਉਹ ਕਰ ਦੂੰ ਹਿੰਦੀ ਨੇ, ਫਿਰ ਮੈਂ ਹਿੰਦੀ ਨੂੰ ਪੁੱਛਿਆ, ਕਹਿੰਦਾ ਨਹੀਂ ਚਾਚਾ ਉਹ ਐਂ ਕਹਿੰਦਾ, ਉਹ ਕਹਿੰਦਾ ਮੈਂ ਬੱਲੇ ਇੱਦਾਂ ਕਹਿੰਦਾ, ਹੁਣ ਵੀ ਤੂੰ ਸਮਝ ਲਿਆ, ਕੁਛ ਨਹੀਂ ਵਿਗੜਿਆ, ਇਹ ਜਿਹੜੇ ਕੋਰਟ ਹੈ, ਮੈਂ ਆਪਾਂ ਕਹਿੰਦੇ ਸਤਿਕਾਰਯੋਗ ਹੈ, ਅਸੀਂ ਤਾਂ ਉਹਦੇ ਫੈਸਲੇ 'ਤੇ ਖੜੇ ਹੁੰਦੇ, ਹੁਣ ਇੱਕ ਬਹਿਣ ਵਾਲੀ ਗੱਲ ਤਾਂ ਹੁਣ ਵੀ ਕਹਿੰਦਾ ਮੈਂ ਵਾਪਸ ਲੈ ਲੈਂਦੇ, ਜੇ ਪਹਿਲਾਂ ਹੀ ਇਹ ਕੰਮ 'ਤੇ ਆਉਂਦਾ ਇਹਨੂੰ ਬੰਦਾ, ਲੋੜ ਹੀ ਨਹੀਂ ਸੀ ਆਪਣੇ ਉੱਤੇ। ਹਾਂਜੀ, ਮੈਂ ਜੱਗਾ ਸਿੰਘ ਜੀ, ਆਮ ਆਦਮੀ ਪਾਰਟੀ ਦੇ ਭਦੌੜ ਤੋਂ ਸ਼ਹਿਰੀ ਪ੍ਰਧਾਨ, ਜਿਹੜਾ ਸਾਡੇ ਲੋਕ ਗਾਇਕ ਹਸਨ ਮਾਨਕ ਜੀ ਦੇ ਨਾਲ ਇਸ ਟਾਈਮ ਜਿਹੜਾ ਵਿਵਹਾਰ ਹੋ ਰਿਹਾ ਹਿੰਦੀ ਬਲਿੰਗ ਜੀ ਵੱਲੋਂ ਕੀਤਾ ਜਾ ਰਿਹਾ, ਉਹ ਸਰਾਸਰ ਬਿਲਕੁਲ ਗਲਤ ਕੀਤਾ ਜਾ ਰਿਹਾ। ਕਿਸ ਤਰ੍ਹਾਂ ਇਸ ਤਰ੍ਹਾਂ ਕਿਸੇ ਵੀ ਬੰਦੇ ਅਤੇ ਕਿਸੇ ਵੀ ਪ੍ਰੋਡਿਊਸਰ ਨੂੰ ਇਸ ਤਰ੍ਹਾਂ ਉਹਨਾਂ ਦੇ ਪੈਰਾਂ 'ਚ ਰੱਸੇ ਪਾ ਕੇ ਉਹਨਾਂ ਨੂੰ ਬੰਨ੍ਹ ਕੇ ਨਹੀਂ ਰੱਖਣਾ ਚਾਹੀਦਾ, ਅਤੇ ਇਹ ਉਹਨਾਂ ਨੂੰ ਲਾਂਚ ਕਰਨ ਦੇ ਨਾਂ 'ਤੇ ਜਿਹੜੀਆਂ ਠੱਗੀਆਂ ਚੱਲ ਰਹੀਆਂ ਨੇ ਗਾਇਕਾਂ ਨੂੰ, ਗਰੀਬ ਘਰਾਂ ਦੇ ਮੁੰਡੇ, ਉਹਨਾਂ ਦੇ ਵਿੱਚ ਉਹ ਇੰਟੈਲੀਜੈਂਟ ਬਹੁਤ ਹੁੰਦੇ ਆ, ਕਲਾ ਹੁੰਦੀ ਹੈ, ਤਾਂ ਉਹਨਾਂ ਨੂੰ ਪ੍ਰੋਡਿਊਸਰਾਂ ਦੇ ਧੱਕੇ ਚੜ੍ਹ ਜਾਂਦੇ ਆ। ਇਹ ਹਸਨ ਮਾਨਕ ਨਾਲ ਵੀ ਇਹੀ ਕੁਝ ਹੋਇਆ, ਅਸੀਂ ਸਾਡੇ ਭਦੌੜ ਦੀ ਜਿੰਨੀ ਵੀ ਸਾਡੇ ਮੀਰ ਬਰਾਦਰੀ ਹੈ ਭਾਈ ਮਰਦਾਨੇ ਕੇ, ਅਤੇ ਸਾਡਾ ਸਾਹਿਰ ਭਦੌੜ ਹਸਨ ਮਾਨਕ ਦੇ ਨਾਲ ਖੜ੍ਹੇ ਹਾਂ ਅਸੀਂ, ਅਤੇ ਖੜ੍ਹੇ ਰਹਾਂਗੇ। ਜੇਕਰ ਉਹ ਵਿਅਕਤੀ ਹਿੰਦੀ ਬਲਿੰਗ ਆ ਜਿਹੜਾ ਆ ਕੇ ਕੋਈ ਕੰਪਰੋਮਾਈਜ਼ ਨਹੀਂ ਕਰਦਾ, ਤਾਂ ਫਿਰ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਅੱਗੇ ਉਹਨਾਂ ਦੇ ਖਿਲਾਫ, ਕਿਉਂਕਿ ਹਸਨ ਮਾਨਕ ਇੱਕ ਸੱਚਾ ਸੁੱਚਾ ਬੰਦਾ, ਸਾਡੇ ਪਿੰਡਾਂ ਦਾ ਮੁੰਡਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ।